डबल वो होगा सबसे पहले उस तरफ। आपके निरीक्षण के लिए हाजिर है श्रीमान। आज की इस फुल ड्रेस रिहर्सल समुची तैयारी आईपीएस सरताज सिंह चाहल जी आईपीएस उन्होंने करवाई है। हम अभी देख रहे हैं कि आज के साथ मुख्य मेहमान मानयोग डिप्टी कमिश्नर श्री प्रदीप कुमार अग्रवाल जी कौमी झंडा लहराने तो बाद परेड का निरीक्षण करने लिए विशेष वाहन जिप्सी के रवाना हो गए ने। पंजाब कैप्टन अमरिंदर सिंह जी होंगे। इस तो अलावा होर कितनियां प्रमुख शख्सियतां मानजो चीफ सैकटरी परेड का निरीक्षण कर रहे ने, जिस दे विच टुकड़ी का अगवाई कर रहे दसवीं कौर डिटी पुलिस की, उस तो बाद कमलदेव जी एस आई कपिलदेव, उस तो बाद रुपिंदर कुमार की अगवाई के टुकड़ी लंघ रहे थे साढ़े मानजो डिप्टी कमिश्नर जी। उस तो बाद तीसरी टुकड़ी होमगार्ड की राजन बाबा जी की अगुवाई के बीच, उस तो बाद साड़ी अगली टुकड़ी रणजीत कौर उन्होंने अगुवाई के बीच टुकड़ी के अगर निरीक्षण कर रहे थे साढ़े अज के मुख मेहमान जी। उस तो बाद एएसआई केवल सिंह उन्होंने अगुवाई के बीच जिस टुकड़ी ने बात बात करना है उन्होंने अगर भी लग रहे थे मुख मेहमान जी। उस तो बाद एएसआई मार्च पास तो सलामी लैणगे। सो मुख मेहमान जी साढ़े अज के राष्ट्रीय झंडे तिरंगे के कोल पहुँच चुके ने। इस तो बाद मुख मेहमान जी विशेष जिप्सी तो नीचे आके जिथे साडा कौमी तिरंगा लहरा रहा है उत्थे आ जाएंगे। उत्थे आके साडे परेड कमांडर जी मुड़ अपनी पोजिशन के जाएंगे, पोजिशन के जाके उस तो बाद
ਉਹ ਪਰੇਡ ਨੂੰ ਵਿਸ਼ਰਾਮ ਕਰਾਉਣਗੇ। ਹੋ ਸਕਦਾ ਸੋ ਕਿਰਪਾ ਕਰਕੇ ਇਹ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਜਦੋਂ ਸਾਡੇ ਪਰੇਡ ਕਮਾਂਡਰ ਜੀ ਜਾਂ ਕੋਈ ਵੀ ਮੂਵਮੈਂਟ ਹੋ ਰਹੀ ਹੈ ਤਾਂ ਉਦੋਂ ਮੁੱਖ ਮਹਿਮਾਨ ਜੀ ਨੂੰ ਸਲਾਮੀ ਦਿੱਤੀ ਹੈ, ਰਾਸ਼ਟਰੀ ਝੰਡੇ ਨੂੰ ਤਲਕ ਸਲਾਮੀ ਦਿੱਤੀ ਹੈ ਉਹਨਾਂ ਦੇ ਨਾਲ ਜਸਪ੍ਰੀਤ ਸਿੰਘ ਜੀ ਨੇ। ਸੋ ਮੇਰੀ ਵੀਡੀਓ ਵਾਲੇ ਦੋਸਤਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਟਰੈਕ ਤੋਂ ਥੋੜ੍ਹਾ ਜਿਹਾ ਸਾਈਡ 'ਤੇ ਰਿਹਾ ਜਾਵੇ ਤਾਂ ਜੋ ਸਾਡੀ ਪਹਿਲੀ ਟੁਕੜੀ ਲਵਪ੍ਰੀਤ ਕੌਰ ਦੀ ਅਗਵਾਈ ਦੇ ਵਿੱਚ, ਉਸ ਤੋਂ ਬਾਅਦ ਸਾਡੀ ਅਗਲੀ ਟੁਕੜੀ ASI ਕਪਿਲ ਸੇਠ ਜੀ ਦੀ ਅਗਵਾਈ ਦੇ ਵਿੱਚ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੰਦੇ ਅੱਗੇ ਲੰਘ ਰਹੇ ਨੇ। ਉਸ ਤੋਂ ਬਾਅਦ ਤੀਸਰੀ ਟੁਕੜੀ ਰੁਪਿੰਦਰ ਕੌਰ ASI ਰੁਪਿੰਦਰ ਕੌਰ ਦੀ ਅਗਵਾਈ ਦੇ ਵਿੱਚ ਇਹ ਲੜਕੀਆਂ ਦੀ ਟੁਕੜੀ, ਉਸ ਤੋਂ ਬਾਅਦ ਰਾਜਨ ਬਾਬਾ ਦੀ ਅਗਵਾਈ ਦੇ ਵਿੱਚ ਇਹ ਜਵਾਨਾਂ ਦੀ ਟੁਕੜੀ, ਉਸ ਤੋਂ ਬਾਅਦ ਰਣਜੀਤ ਕੌਰ ਦੀ ਅਗਵਾਈ ਦੇ ਵਿੱਚ ਇਹ ਟੁਕੜੀ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੰਦੇ ਹੋਏ ਅੱਗੇ ਵੱਧ ਰਹੀ ਹੈ। ਉਸ ਤੋਂ ਬਾਅਦ ਕੇਵਲ ਸਿੰਘ ASI ਕੇਵਲ ਸਿੰਘ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਜਵਾਨਾਂ ਦੀ ਟੁਕੜੀ ਅੱਗੇ ਵੱਧ ਰਹੀ ਹੈ। ASI ਸੁਮੇਲ ਕੁਮਾਰ ਚੰਡੀਗੜ੍ਹ ਦੀ ਟੁਕੜੀ, ਚੰਡੀਗੜ੍ਹ ਪੁਲਿਸ ਦੀ ਟੁਕੜੀ, ਅਸੀਂ ਇਹਨਾਂ ਨੂੰ ਵੀ ਲੁਧਿਆਣੇ ਅੱਜ ਰਾਜਪੱਧਰੀ ਸਮਾਗਮ ਵਿੱਚ ਪਹੁੰਚਣ ਦੇ ਨਿੱਘਾ ਜੀ ਰਹੇ ਆਖਦੇ ਹਾਂ। ਉਸ ਤੋਂ ਬਾਅਦ ਹਰਿਆਣਾ ਸੈਨਾ ਪੁਲਿਸ ਰਾਜਚੰਦਰ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਟੁਕੜੀ, PDI ਮੰਗਲ ਸਿੰਘ ਲੁਧਿਆਣਾ ਪੁਲਿਸ ਦੀ ਟੁਕੜੀ PDI ਮੰਗਲ ਸਿੰਘ ਜੀ ਦੀ ਅਗਵਾਈ ਦੇ ਵਿੱਚ ਅੱਗੇ ਵੱਧ ਰਹੀ ਹੈ। ਉਸ ਤੋਂ ਬਾਅਦ ਰਾਜਕੁਮਾਰ ਠਾਕੁਰ ਦੀ ਅਗਵਾਈ ਦੇ ਵਿੱਚ ਅੱਗੇ ਵੱਧ ਰਹੀ ਹੈ। ਉਸ ਤੋਂ ਬਾਅਦ ਜੀਓ ਜੀ ਦੀ ਟੁਕੜੀ ਕੈਪਟਨ ਬਲਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਮਾਰਚ ਪਾਸਟ ਕਰ ਰਹੀ ਹੈ। ਉਸ ਤੋਂ ਬਾਅਦ ਕੈਡਿਟ ਅਸ਼ੀਸ਼ ਕੁਮਾਰ ਪੰਜਾਬ ਐਸਪੀ ਦੀ ਡੋਮੈਸਟਿਕ ਜੀ ਦੀ ਟੁਕੜੀ ਅੱਗੇ ਤੋਂ ਵੱਧ ਰਹੀ ਹੈ। ਸਿਮਰਨਜੀਤ ਕੌਰ ਥਰਡ ਪੰਜਾਬ ਐਸਪੀ ਦੀ ਗਰਲ। ਉਸ ਤੋਂ ਬਾਅਦ ਕੈਡਿਟ ਸ਼ਾਮ ਸੁੰਦਰ ਏਅਰ ਵਿੰਗ, ਉਹਨਾਂ ਦੀ ਅਗਵਾਈ ਦੇ ਵਿੱਚ ਟੁਕੜੀ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੰਦੀ ਹੋਈ ਅੱਗੇ ਤੋਂ ਵੱਧ ਰਹੀ ਹੈ। ਉਸ ਤੋਂ ਬਾਅਦ ਸਕੌਟ ਬੋਇਸ ਅਤੇ ਗਰਲ, ਸਾਡੇ ਮੁੱਖ ਮਹਿਮਾਨ ਜੀ ਜੋ ਮਿਸ਼ਾਲ ਹੈ, ਮਿਸ਼ਾਲ ਸਾਡੇ ਮੁੱਖ ਮਹਿਮਾਨ ਜੀ ਨੇ ਜੋ ਸਾਡੇ ਮੁੱਖ ਮਹਿਮਾਨ ਜੀ ਬੜੀ ਪ੍ਰੋਗਰਾਮ ਦੀ, ਤੂੰ ਮੇਰਾ ਬੜੀ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਨੇ। ਸਭ ਤੋਂ ਪਹਿਲਾਂ ਉਹ ਗੁਬਾਰੇ ਸਾਡੇ ਮੁੱਖ ਮਹਿਮਾਨ ਜੀ ਕੈਪਟਨ ਅਮਰਿੰਦਰ ਸਿੰਘ ਜੀ ਗੁਬਾਰੇ ਛੱਡ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਜਦੋਂ ਬੜੀ ਪ੍ਰੋਗਰਾਮ ਸ਼ੁਰੂ ਹੋਏਗਾ ਮੈਂ ਬੇਨਤੀ ਕਰਾਂਗਾ ਅਸੀਂ ਤਾੜੀਆਂ ਦੇ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਉਣੀ ਹੈ। ਤਾੜੀਆਂ ਮਾਰ ਕੇ ਅਸੀਂ ਦੱਸਣਾ ਕਿ ਅਸੀਂ ਬੜੀ ਪ੍ਰੋਗਰਾਮ ਨੂੰ ਕਿਵੇਂ ਸਫਲ ਕਰਨਾ ਹੈ। ਜਗਾਇਆ ਜਾਵੇਗਾ, ਸਾਡਾ ਇਹ ਡਿਊਟੀ ਬਣੇਗੀ ਹੈ ਜੋ ਬੱਡੀ ਮਿਸ਼ਾਲ ਲੈ ਕੇ ਦੌੜਨਗੇ ਅਸੀਂ ਇਹਨਾਂ ਨੂੰ ਉਤਸ਼ਾਹਿਤ ਕਰੀਏ ਤਾਂ ਜੋ ਆਪਾਂ ਇਹ
एक ऊर्जा भरी जाए इस प्रोग्राम नूं सफल करने वास्ते। ਗੱਲਾਂ
15 अगस्त ਲਈ ਅਸੀਂ ਬੜੇ ਪੁਖਤਾ ਇੰਤਜ਼ਾਮ ਕੀਤੇ ਆ ਜੀ। ਉਹਦੇ 'ਚ 3000 ਦੇ ਕਰੀਬ ਅਸੀਂ ਜਿਹੜੀ ਹੈ ਫੋਰਸ ਆਪਣੇ ਜ਼ਿਲ੍ਹੇ ਤੋਂ ਕੱਢ ਰਹੇ ਹਾਂ ਅਤੇ 300-400 ਸਾਡੇ ਕੋਲ ਬਾਹਰੋਂ ਫੋਰਸ ਆ ਰਹੀ ਹੈ ਔਰ ਪਰੇਡ ਵੀ ਜਿਹੜੀ ਹੈ ਉਹ ਵੀ ਤਿਆਰ ਹੋ ਕੇ ਸਾਡੇ ਕੋਲ ਪਹੁੰਚ ਚੁੱਕੀ ਹੈ। ਉਹਦੇ ਲਈ IPS ਅਫਸਰ ਜਿਹੜੇ ਸਰਤਾਜ ਸਿੰਘ ਹੈਗੇ ਆ ਉਹ ACP ਗਿੱਲ ਇੱਥੇ ਕੱਲ੍ਹ ਹੀ ਉਹਨਾਂ ਦੀ ਪੋਸਟਿੰਗ ਹੋਈ ਹੈ, ਉਹ ਉਹਨੂੰ ਕਮਾਂਡ ਕਰਨਗੇ ਔਰ ਜਿਹੜਾ ਸਟੇਡੀਅਮ ਹੈ ਪੂਰੀ ਤਰ੍ਹਾਂ ਉਸ ਦਿਨ 14 ਤਰੀਕ ਤੋਂ ਹੀ ਸੀਲ ਕਰ ਦਿੱਤਾ ਜਾਊਗਾ। ਕਿਸੇ ਦੀ ਵੀ ਅਨਆਥੋਰਾਈਜ਼ ਐਂਟਰੀ ਸਟੇਡੀਅਮ ਦੇ ਅੰਦਰ ਨਹੀਂ ਹੋਏਗੀ ਔਰ ਜਿਹੜੇ ਡਿਊਟੀ ਹੈ ਉਹ DC ਆਫਿਸ ਵਾਲੇ ਵੀ ਜਿਹੜੇ ਮੁਲਾਜ਼ਮ ਡਿਊਟੀ 'ਤੇ ਹੋਣਗੇ ਜਾਂ ਸਿਵਲ ਦੇ ਉਹਨਾਂ ਲਈ ਵੀ ਫੋਟੋ ID ਕਾਰਡ ਦੇ ਥਰੂ ਹੋਏਗੀ ਔਰ CCTV ਕੈਮਰਾ ਲਗਾ ਦਿੱਤੇ ਗਏ ਸਟੇਡੀਅਮ ਦੇ, ਉਹ ਓਪਰੇਸ਼ਨਲ ਹੋ ਜਾਣਗੇ। ਉਹਦਾ ਕੰਟਰੋਲ ਰੂਮ ਅਸੀਂ ਬਣਾ ਦਿੱਤਾ ਕਿ ਹਰ ਇੱਕ ਆਉਣ ਜਾਣ ਵਾਲੇ 'ਤੇ ਅਸੀਂ ਵਾਚ ਰੱਖਾਂਗੇ ਅਤੇ ਸਾਰਾ। ਨਹੀਂ, ਪੰਜਾਬ ਪੁਲਿਸ ਤੋਂ ਇਲਾਵਾ ਨਹੀਂ, ਸਾਡੇ ਕੋਲ ਇੱਕ ਕੰਪਨੀ ਵੈਸੇ ਹੈਗੀ ਹੈ BSF ਦੀ ਆਈ ਹੋਈ ਪੁਰਾਣੀ ਬੈਠੀ ਹੈ, ਲੇਕਿਨ ਇਸ ਸੰਬੰਧ 'ਚ ਬਾਹਰੋਂ ਕੋਈ ਹੋਰ ਫੋਰਸ ਪੰਜਾਬ ਪੁਲਿਸ ਤੋਂ ਇਲਾਵਾ ਨਹੀਂ ਹੈ। ਉਹ ਸਾਡੇ ਸੀਲਿੰਗ ਸਿਟੀ ਸੀਲਿੰਗ ਹੈਗੇ ਆ ਜੀ, ਉਹ ਅਸੀਂ 24 ਘੰਟੇ ਉੱਥੇ ਨਾਕੇ 13 ਤਰੀਕ ਤੋਂ ਸਾਡੇ ਸ਼ੁਰੂ ਹੋ ਜਾਣਗੇ ਜਿਹੜੇ 15 ਅਗਸਤ ਫੰਕਸ਼ਨ ਖਤਮ ਹੋਣ ਤੱਕ ਰਹਿਣਗੇ ਸਾਡੇ। ਨਹੀਂ, ਡਰੋਨ ਦਾ ਤਾਂ ਵੈਸੇ ਹੀ ਅਸੀਂ 144 'ਚ ਔਡਰ ਕਰਤੇ ਹੈ, ਡਰੋਨ ਦੀ ਕਿਸੇ ਨੂੰ ਵੀ ਕੋਈ ਪਰਮਿਸ਼ਨ ਨਹੀਂ ਦਿੱਤੀ ਜਾਊਗੀ। ਅਸੀਂ ਏਰੀਅਲ ਜਿਹੜੀ ਹੈਗੀ ਹੈ ਉਹ ਅਸੀਂ ਆਪਣੇ ਤੌਰ 'ਤੇ ਆਪ ਅਸੀਂ ਕਰਾਂਗੇ, ਲੇਕਿਨ ਪ੍ਰਾਈਵੇਟ ਤੌਰ 'ਤੇ ਕਿਸੇ ਨੂੰ ਵੀ ਕੋਈ ਡਰੋਨ ਦੀ ਪਰਮਿਸ਼ਨ ਨਹੀਂ ਦਿੱਤੀ ਜਾਊਗੀ। ਬਿਲਕੁਲ ਜੀ, ਰੇਲਵੇ ਪੁਲਿਸ ਜਾਂ ਹੋਰ ਜਿਹੜੀ ਸਰਚ ਵਗੈਰਾ ਸਾਡੀਆਂ ਪਾਰਟੀਜ਼ ਬਣੀਆਂ ਡੈਡੀਕੇਟਿਡ, ਉੱਥੇ ਐਂਟੀ ਸੈਬੋਟੇਜ ਚੈੱਕ ਸਾਡੀ ਚੱਲ ਰਹੀ ਹੈ ਸਨਾਈਫਰ ਡੋਗਸ ਦੇ ਥਰੂ, ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਟਲਸ ਵਗੈਰਾ ਦੀ ਸਾਡੀ ਸਰਾਵਾਂ ਦੀ ਸਰਚ ਡੇਲੀ, ਜੋ ਵੀ ਅਸਾਂ ਪ੍ਰੋਗਰਾਮ ਇਸ਼ੂ ਕੀਤਾ ਹੋਇਆ ਉਹਦੇ ਮੁਤਾਬਕ ਚੱਲ ਰਿਹਾ ਸਾਰਾ। ਅਪਰੋਕਸੀਮੇਟਲੀ 800 ਦੇ ਕਰੀਬ ਜਵਾਨ ਜਿਹੜੇ ਸਟੇਡੀਅਮ ਅਤੇ ਸਟੇਜ ਵਗੈਰਾ 'ਤੇ ਅਸੀਂ ਲਗਾਏ। ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਹੈਗੇ ਉਹ ਝੰਡਾ ਫਹਿਰਾਉਣ ਦੀ ਰਸਮ ਜਿਹੜੀ ਹੈਗੀ ਉਹ ਅਦਾ ਕਰਨਗੇ। ਇਹ ਸਟੇਟ ਲੈਵਲ ਦਾ ਸਟੇਟ ਪੱਧਰ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਲੁਧਿਆਣੇ ਵਿਖੇ ਹੋ ਰਿਹਾ ਹੈਗਾ, ਉਸ ਦੀ ਤਿਆਰੀਆਂ ਜਿਹੜੀਆਂ ਹੈਗੀਆਂ ਚੰਗੀ ਤੌਰ 'ਤੇ ਚੱਲ ਰਹੀਆਂ ਹਨ। ਵੱਖ ਵੱਖ ਤਰੀਕੇ ਦੇ ਪ੍ਰੋਗਰਾਮ ਜਿਹੜੇ ਹੈਗੇ ਇਹਦੇ ਵਿੱਚ ਕੀਤੇ ਜਾ ਰਹੇ ਨੇ। ਇਸ ਦੇ ਨਾਲ ਹੀ ਨਾਲ ਕਈ ਗਵਰਨਮੈਂਟ ਦੀ ਸਕੀਮਾਂ ਜਿਹੜੀਆਂ ਹੈਗੀਆਂ ਉਹ ਵੀ ਇਹਦੇ ਨਾਲ ਹੀ ਲਾਂਚ ਕੀਤੀਆਂ ਜਾ ਰਹੀਆਂ ਹਨ। ਜਿਵੇਂ ਨਸ਼ਾ ਰੋਕੋ ਵਾਸਤੇ ਜਿਹੜੀ ਮੁਹਿੰਮ ਪੰਜਾਬ ਸਰਕਾਰ ਵੱਲੋਂ ਚਾਲੀ ਕੀਤੀ ਗਈ ਹੈ, ਉਹਦੀ ਨੈਕਸਟ ਸੀਰੀਜ਼ ਦੇ ਵਿੱਚ ਬੜੀ ਪ੍ਰੋਗਰਾਮ ਜਿਹੜਾ ਹੈਗਾ ਉਹ ਵੀ 15 ਅਗਸਤ ਨੂੰ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੀ ਪੰਜਾਬ ਦੀ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਪੋਲਿਊਸ਼ਨ ਦੀ, ਜਦ ਪਰਾਲੀ ਦਾ ਟਾਈਮ ਆਉਂਦਾ ਉਹਨੂੰ ਸਾੜਨ ਦੀ ਜਿਹੜੀ ਪ੍ਰੋਬਲਮ ਹੈਗੀ, ਉਹਦੇ ਵਾਸਤੇ ਸਬਸਿਡੀ ਰਿਲੀਜ਼ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਵੀ ਜਿਹੜਾ ਹੈਗਾ ਉਹ ਇੱਥੋਂ ਚਾਲੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਡੈਟ ਵੇਵਰ ਹੈਗਾ ਕਿਸਾਨਾਂ ਨੂੰ ਕਰਜ਼ਾ ਵਾਲੀ ਜਿਹੜੀ ਸਕੀਮ ਹੈਗੀ, ਕਰਜ਼ਾ ਰਾਹਤ ਵਾਲੀ ਜਿਹੜੀ ਸਕੀਮ ਹੈਗੀ, ਉਹਦਾ ਫੇਸ 2 ਜਿਹੜੀ ਹੈਗੀ ਕਮਰਸ਼ੀਅਲ ਬੈਂਕਾਂ ਦਾ ਜਿਹੜਾ ਲੋਨ ਹੈਗਾ ਉਹਦੀ ਵੀ ਲਾਂਚਿੰਗ ਜਿਹੜੀ ਹੈਗੀ ਲੁਧਿਆਣੇ ਤੋਂ 15 ਅਗਸਤ ਨੂੰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੁਛ ਜਿਹੜੇ ਹਾਊਸਲੈਸ ਬੰਦੇ ਹੈਗੇ ਜਿਹਨਾਂ ਨੂੰ ਪੰਜਾਬ ਸਰਕਾਰ ਦੀ ਪੰਜਾਬ ਸ਼ਹਿਰੀ ਆਵਾਸ ਯੋਜਨਾ ਸਕੀਮ ਜਿਹੜੀ ਹੈਗੀ ਉਹਦੇ ਥੱਲੇ ਕੁਛ ਲੋਕਾਂ ਨੂੰ ਫਲੈਟਸ ਵੀ ਜਿਹੜੇ ਹੈਗੇ ਉਹ ਅਲੋਟ ਕੀਤੇ ਜਾਣਗੇ। ਤਾਂ ਇਹ ਪੂਰੀ ਦੀ ਪੂਰੀ ਸਕੀਮ ਜਿਹੜੀ ਹੈਗੀ ਪੂਰੇ ਦੇ ਪੂਰੇ ਪ੍ਰੋਗਰਾਮ ਦੇ ਵਾਸਤੇ ਵੱਖ ਵੱਖ ਆਫਿਸਰ ਸਾਹਿਬਾਂ ਦੀ ਡਿਊਟੀ ਲਗਾ ਦਿੱਤੀ ਗਈ ਹੈਗੀ। ਬਹੁਤ ਹੀ ਇੰਪ੍ਰੈਸਿਵ ਜਿਹੜਾ ਹੈਗਾ ਕਲਚਰਲ ਪ੍ਰੋਗਰਾਮ ਜਿਹੜਾ ਹੈਗਾ ਉਹ ਤਿਆਰ ਕੀਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਵੀ ਆਪਣੇ ਸੁਰੱਖਿਆ ਪ੍ਰਬੰਧ ਜਿਹੜੇ ਹੈਗੇ ਉਹ ਕੀਤੇ ਜਾ ਰਹੇ ਨੇ। ਤਾਂ ਸਾਨੂੰ ਉਮੀਦ ਹੈਗੀ ਕਿ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਹੈਗਾ ਉਹ ਆਉਣ ਵਾਲੇ 15 ਅਗਸਤ ਨੂੰ ਕੀਤਾ ਜਾਵੇਗਾ। ਇਹ ਫੁੱਲ ਡਰੈਸ ਰਿਹਰਸਲ ਦਾ ਜਿਹੜਾ ਮਤਲਬ ਹੁੰਦਾ, ਜਿਵੇਂ ਮੈਂ ਵੀ ਆਪਣੀ ਡੇਲੀ ਯੂਨੀਫਾਰਮ ਜਿਹੜੀ ਹੈਗੀ 15 ਅਗਸਤ ਦੀ ਉਹ ਨਹੀਂ ਪਹਿਨ ਰਿਹਾ ਹੈਗਾ, ਕਿਉਂਕਿ 15 ਅਗਸਤ ਦੀ ਜਿਹੜੀ ਯੂਨੀਫਾਰਮ ਹੁੰਦੀ ਹੈ ਉਹ ਤਿਆਰ ਕਰਕੇ ਰੱਖਣੀ ਹੁੰਦੀ ਹੈ ਸਾਨੂੰ। ਤਾਂ ਫੁੱਲ ਡਰੈਸ ਰਿਹਰਸਲ ਦਾ ਮਤਲਬ ਤਾਂ ਸਾਰਾ ਦਾ ਸਾਰਾ ਪ੍ਰੋਗਰਾਮ ਜਿਹੜਾ ਹੈਗਾ ਸਮੇਂ ਦੇ ਮੁਤਾਬਕ ਅਸੀਂ ਕੈਲਕੂਲੇਟ ਕਰ ਸਕੀਏ ਕਿੰਨੇ ਵਜੇ ਚਾਲੂ ਹੋਣਾ, ਕਿੰਨੇ ਵਜੇ ਕੀ ਹੋਣਾ, ਉਹਦੇ ਬਾਬਤ ਹੁੰਦਾ ਹੈ। ਫੁੱਲ ਡਰੈਸ ਰਿਹਰਸਲ ਦਾ ਨਾਂ ਹੁੰਦਾ, ਬਾਕੀ ਬੱਚੇ ਜਿਹੜੇ ਹੈਗੇ ਆਪਣੀ ਯੂਨੀਫਾਰਮ ਤਿਆਰ ਕਰ ਰਹੇ ਨੇ, 15 ਅਗਸਤ ਨੂੰ ਪਹਿਨਣਗੇ। ਥੈਂਕ ਯੂ। ਮੁੱਖ ਮਹਿਮਾਨ ਵਜੋਂ ਇਸ ਸਮਾਗਮ ਦੇ ਵਿੱਚ ਪਹੁੰਚ ਚੁੱਕੇ ਨੇ ਸਾਡੇ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਜੀ। ਰਾਸ਼ਟਰ ਸਲੂਟ, ਸਲਾਮੇ ਸ਼ਸਤ।
डॉक्टर सुचैन सिंह गिल मानजो कमिश्नर लुधियाना पुलिस पहुँच चुके हैं। असी उन्होंने अज के समागम के पहुंचने के सारे प्रबंध मानजो डॉक्टर सुखचैन सिंह गिल जी की अगवाई के सारिया तैयारियां की गई ने। अज इस समागम के Oi.